ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ, ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਕਿਸਾਨ ਵੀਰਾਂ ਦਾ ਸਵਾਲ ਇੱਕ ਹੈ ਕਿ ਝੋਨੇ ਦੀ ਫਸਲ ਜਦੋਂ ਗੋਭ 'ਚ ਆਉਂਦੀ ਹੈ, ਵੱਖ ਵੱਖ ਕਿਸਮਾਂ, ਘੱਟ ਸਮੇਂ ਵਾਲੀਆਂ ਕਿਸਮਾਂ ਬਾਰੇ ਮੈਂ ਵੱਖਰੀ ਵੀਡੀਓ ਪਾਈ ਸੀਗੀ ਕਿ ਗੋਭ ਸਮੇਂ ਕਿਹੜੀਆਂ ਕਿਹੜੀਆਂ ਕਿਸਮਾਂ ਕਿੰਨੇ ਸਮੇਂ 'ਚ ਗੋਭ 'ਚ ਆਉਂਦੀਆਂ, ਇਹਦੇ ਬਾਰੇ ਮੈਂ ਵੀਡੀਓ ਪਾ ਚੁੱਕਿਆ, ਉਹ ਤੁਸੀਂ ਚੈੱਕ ਕਰ ਸਕਦੇ ਹੋ। ਸਪਰੇ ਬਾਰੇ ਪੁੱਛਦੇ ਸੀ ਕਿਸਾਨ ਵੀਰ ਕਿ NPK ਸਪਰੇ ਸਭ ਤੋਂ ਵਧੀਆ ਕਿਹੜੀ ਆ ਜਿਹਦੇ ਨਾਲ ਝੋਨੇ ਦੀ ਫਸਲ ਦੇ ਵਿੱਚ ਫੋਕ ਨਾ ਪਵੇ, ਝੋਨੇ ਦੀ ਫਸਲ ਦੇ ਵਿੱਚ ਬਿਮਾਰੀਆਂ ਪ੍ਰਤੀ ਸਹਿਣ ਸ਼ਕਤੀ ਬਣੇ ਕਿ ਮਗਰੋਂ ਆ ਕੇ ਝੋਨੇ ਦੀ ਫਸਲ ਇੱਕਦਮ ਨਾ ਬੈਠ ਜਾਵੇ, ਕਿ ਇਹ ਨਾ ਹੋਵੇ ਕਿ ਮਗਰੋਂ ਆ ਕੇ ਇੱਕਦਮ ਪੱਕ ਗਈ ਜਾਂ ਦੌਗੀਆਂ ਦੇ ਵਿੱਚ ਬਹਿ ਗਈ, ਤਾਂ ਸਭ ਤੋਂ ਵਧੀਆ ਸਪਰੇ ਕਿਹੜੀ ਹੈ, ਕਿੰਨੀ ਡੋਜ ਕਰਨੀ ਹੈ, ਅਤੇ ਉਹਦੇ ਨਾਲ ਆਪਾਂ ਕਿਹੜੀ ਸਪਰੇ ਮਿਕਸ ਕਰਕੇ ਕਰ ਸਕਦੇ ਹਾਂ ਅਤੇ ਕਿਹੜੀ ਨਹੀਂ ਕਰ ਸਕਦੇ, ਇਹਦੇ ਬਾਰੇ ਤੁਹਾਡੇ ਸਵਾਲ ਸੀਗੇ। ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਜਿਹੜੇ ਕੋਈ ਕਿਸਾਨ ਵੀਰ ਨਵੇਂ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦੱਬ ਲਓ, ਤਾਂ ਕਿ ਹਰ ਇੱਕ ਨਵੀਂ ਵੀਡੀਓ, ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਕਿਸਾਨ ਵੀਰੋ, ਪਿਛਲੀਆਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਵਧੀਆ ਰਿਸਪੌਂਸ ਆਇਆ ਅਤੇ ਦਿਲ ਨੂੰ ਬੜਾ ਮਤਲਬ ਸਕੂਨ ਮਿਲਦਾ ਕਿ ਕਿਸਾਨ ਵੀਰਾਂ ਦਾ ਕੋਈ ਫਾਇਦਾ ਹੋਇਆ, ਜੇ ਆਪਾਂ ਖਰਚਾ ਘਟਾ ਸਕਦੇ ਹਾਂ ਤਾਂ ਬਹੁਤ ਵਧੀਆ ਗੱਲ ਆ। ਸੋ ਫਸਲ ਨੂੰ ਜਦੋਂ ਝੋਨੇ ਦੀ ਫਸਲ ਗੋਭ 'ਚ ਆਉਂਦੀ ਹੈ, ਕਿਸਮਾਂ ਬਾਰੇ ਮੈਂ ਕਿਹੜੀ ਕਿਹੜੀ ਕਿਸਮ ਕਦੋਂ ਗੋਭ 'ਚ ਆਉਂਦੀ ਇਹਦੇ ਮੈਂ ਪਹਿਲਾਂ ਇਹਦੇ ਬਾਰੇ ਮੈਂ ਵੀਡੀਓ ਪਾਈ ਹੋਈ ਆ, ਉਹ ਤੁਸੀਂ ਚੈੱਕ ਕਰ ਸਕਦੇ ਹੋ। ਜਦੋਂ ਝੋਨੇ ਦੀ ਫਸਲ ਗੋਭ 'ਚ ਆਉਂਦੀ ਹੈ, ਇਹ ਆਪਾਂ ਗਲਤੀ ਬਿਲਕੁਲ ਨਹੀਂ ਕਰਨੀ। ਪਿਛਲੇ ਸਾਲਾਂ 'ਚ ਕਈ ਕਿਸਾਨ ਵੀਰਾਂ ਦੇ ਸਵਾਲ ਆਏ ਜਾਂ ਉਹਨਾਂ ਨੇ ਆਪਦਾ ਰਿਪਲਾਈ ਕੀਤਾ ਕਿ ਅਸੀਂ ਜੀ ਇਹ ਗਲਤੀ ਕਰ ਬੈਠੇ, ਸਾਡੀ ਫਸਲ ਦੇ ਵਿੱਚ ਫੋਕ ਪੈ ਗਈ, ਸਾਡਾ ਝਾੜ ਕੱਟ ਗਿਆ। ਕਾਰਨ ਕੀ ਹੋਇਆ? ਇੱਕ ਤਾਂ NPK ਸਹੀ ਨਹੀਂ ਵਰਤੀ, ਇੱਕ ਝੋਨੇ ਦੀ ਫਸਲ ਜਦੋਂ ਗੋਭ 'ਚ ਆਉਂਦੀ ਹੈ ਤਾਂ ਉਦੋਂ ਉੱਲੀ ਨਾਸ਼ਕ ਦਾ ਜ਼ਰੂਰਤ ਅਨੁਸਾਰ ਸਪਰੇ ਨਹੀਂ ਕੀਤਾ। ਜਾਂ ਤਾਂ ਪਹਿਲਾਂ ਕਿਸਾਨ ਵੀਰ ਕਰ ਚੁੱਕੇ ਸੀ ਕਿ ਉਦੋਂ ਕਹਿ ਦਿੰਦੇ ਆ ਗੋਭ ਦੇ ਸਮੇਂ ਵੀ ਸਾਡੀ ਫਸਲ ਵਧੀਆ ਅਤੇ ਆਪਾਂ ਨਾ ਕਰੀਏ, ਅਤੇ ਜਦੋਂ ਫਸਲ ਗੋਭ ਦੇ ਸਮੇਂ ਉਦੋਂ ਬਾਅਦ ਮੁੰਜਰਾਂ ਕੱਢਦੀ ਆ, ਉਦੋਂ ਬਾਅਦ ਫਲਾਵਰਿੰਗ ਦੌਰਾਨ ਹੁੰਦੀ ਆ, ਤਾਂ ਉਦੋਂ ਕਦੇ ਉੱਲੀ ਨਾ ਜਿਹੜੀ ਉੱਲੀ ਰੋਗ ਦਾ ਅਟੈਕ ਆ ਜਾਂਦਾ, ਅਤੇ ਉਦੋਂ ਆਪਾਂ ਸਪਰੇ ਵੀ ਨਹੀਂ ਕਰ ਸਕਦੇ। ਜੇ ਕਰਦੇ ਹਾਂ ਜਾਂ ਤਾਂ ਪੋਲੀਨੇਸ਼ਨ ਇਫੈਕਟ ਹੁੰਦੀ ਹੈ, ਜਾਂ ਫਿਰ ਜੇ ਨਹੀਂ ਕਰਦੇ ਤਾਂ ਉੱਲੀ ਰੋਗ ਜਿਹੜਾ ਫਸਲ ਨੂੰ ਪ੍ਰਭਾਵਿਤ ਕਰਦਾ। ਸੋ ਇਹਦੇ ਕਰਕੇ ਗਲਤੀ ਨਹੀਂ ਕਰਨੀ, ਸਿਰਫ ਫੋਲੋ ਕੀ ਕਰਨਾ ਕਿ ਇੱਕ ਤਾਂ ਆਪਾਂ ਉੱਲੀ ਨਾਸ਼ਕ ਬਹੁਤ ਵਧੀਆ ਉੱਲੀ ਨਾਸ਼ਕ ਕਰਨਾ ਜਿਹਦੇ ਵਿੱਚ ਸਿਸਟੈਮਿਕ ਟੈਕਨੀਕਲ ਹੋਣ, ਦੋ ਤਾਂ ਬਹੁਤ ਵਧੀਆ। ਜੇ ਤੁਸੀਂ ਕੰਟੈਕਟ ਪਲੱਸ ਸਿਸਟੈਮਿਕ ਵਾਲਾ ਕਰਨਾ ਤਾਂ ਤੁਹਾਡੀ ਮਰਜ਼ੀ ਹੈ, ਪਰ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਜਿਹੜੀ PAU ਲੁਧਿਆਣਾ ਵੱਲੋਂ ਸਿਫਾਰਸ਼ ਉੱਲੀ ਨਾਸ਼ਕ ਨੇ, ਇਹਦੇ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ, ਉਹਨਾਂ 'ਚੋਂ ਤੁਸੀਂ ਸਪਰੇ ਕਰਨੀ ਹੈ। NPK ਸਭ ਤੋਂ ਵਧੀਆ 13045 PAU ਲੁਧਿਆਣਾ ਤੋਂ ਸਿਫਾਰਿਸ਼ ਹੈ, ਆਪਾਂ 2-3 ਸਾਲ ਤੋਂ ਕਰਾ ਰਹੇ ਹਾਂ। ਉਦੋਂ ਜਦੋਂ ਪਹਿਲਾਂ PAU ਲੁਧਿਆਣਾ ਵੱਲੋਂ ਸਿਫਾਰਿਸ਼ ਨਹੀਂ ਸੀ, ਇਹਦੇ ਟ੍ਰਾਇਲ ਵੀ ਚੱਲਦੇ ਸੀ, ਉਦੋਂ ਵੀ ਆਪਾਂ ਸਿਫਾਰਿਸ਼ ਕੀਤਾ 13045 1.5% ਆਪਾਂ ਸਪਰੇ ਕਰਨੀ ਹੈ। ਘੱਟੋ ਘੱਟ ਆਪਾਂ 125 ਤੋਂ 150 ਲੀਟਰ ਪਾਣੀ ਲਾਉਣਾ ਕਿਸਾਨ ਵੀਰੋ। 1.5% ਮਤਲਬ ਹੁੰਦਾ 100 ਲੀਟਰ ਪਾਣੀ ਮਗਰ ਆਪਾਂ 1.5 ਕਿਲੋ ਵਰਤਣਾ, ਪਰ ਜੇ ਤੁਸੀਂ 125 ਲੀਟਰ ਜਾਂ 150 ਲੀਟਰ ਪਾਣੀ ਮਗਰ ਵੀ 1 ਕਿਲੋ ਤੋਂ 1.5 ਕਿਲੋ ਵਰਤਦੇ ਹਾਂ, ਪਿਛਲੇ ਸਾਲਾਂ 'ਚ ਬਹੁਤ ਵਧੀਆ ਨਤੀਜੇ ਆਏ ਆ, ਫੋਕ ਬਿਲਕੁਲ ਨਹੀਂ ਆਈ ਜਾਂ ਨਾ ਮਾਤਰ ਆਈ ਹੈ, ਦਾਣੇ ਇੰਨੇ ਵਧੀਆ ਸੀਗੇ, ਸੁਨਹਿਰੀ ਦਾਣੇ ਅਤੇ ਕੁਆਲਿਟੀ ਵਧੀਆ, ਦਾਣਿਆਂ ਦਾ ਭਾਰ ਵਧਿਆ। 13045 ਆਪਾਂ 1 ਕਿਲੋ ਤੋਂ 1.5 ਕਿਲੋ 100, 125, 150 ਲੀਟਰ ਪਾਣੀ, ਕਿਉਂਕਿ 100 ਲੀਟਰ ਪਾਣੀ ਵਰਤੋਂਗੇ ਕਿਉਂਕਿ ਝੋਨੇ ਦਾ ਪਰਾਲ ਵਧੀਆ ਵੱਧ ਹੋ ਜਾਂਦਾ ਜਦੋਂ ਝੋਨਾ ਨਸਾਰੇ 'ਚ ਹੁੰਦਾ, ਤਾਂ 125-150 ਲੀਟਰ ਪਾਣੀ ਤੋਂ ਘੱਟ ਪਾਣੀ ਨਹੀਂ ਲਾਉਣਾ, ਅਤੇ 1.5 ਕਿਲੋ ਆਪਾਂ 13045 ਵਰਤਣਾ। ਜੇ 200 ਲੀਟਰ ਪਾਣੀ ਲਾਉਣੇ ਆ ਤਾਂ ਤੁਸੀਂ 2.5-3 ਕਿਲੋ ਤੱਕ ਵਰਤ ਸਕਦੇ ਹਾਂ 13045 ਪ੍ਰਤੀ ਏਕੜ। ਨਾਲ ਬੋਰੋਨ ਜੇ 10% ਲੀਕੁਡ ਵਰਤਦੇ ਹਾਂ ਤਾਂ 170-180 ml ਤੱਕ,
ਅਤੇ ਜੇ 20% ਵਾਲਾ ਪਾਊਡਰ ਵਰਤਦੇ ਹਾਂ ਤਾਂ ਤੁਸੀਂ 70-80 ਗ੍ਰਾਮ ਤੱਕ 90 ਗ੍ਰਾਮ ਤੱਕ ਮੈਕਸੀਮਮ ਵਰਤਣਾ, ਜ਼ਿਆਦਾ ਨਹੀਂ ਆਪਣਾ ਕੋਸ਼ਿਸ਼ ਕਰਨੀ ਕਿਉਂਕਿ ਇੰਨੀ ਕੁ ਜ਼ਰੂਰਤ ਹੁੰਦੀ ਬੋਰਾਨ ਦੀ। ਨਾਲ ਉੱਲੀ ਨਾਸ਼ਕ ਦੀ ਤੁਸੀਂ ਜ਼ਰੂਰ ਸਪਰੇ ਕਰਨੀ ਹੈ। ਜਿਹੜੇ ਕਿਸਾਨ ਵੀਰੇ ਸਕਿੱਪ ਕਰ ਜਾਂਦੇ ਆ ਗੋਹ ਦੇ ਸਮੇਂ, ਕਿਉਂਕਿ ਪਹਿਲਾਂ ਸਪਰੇ ਕੀਤੀ ਹੁੰਦੀ 50-60 ਦਿਨ 'ਤੇ, ਆਮ ਤੌਰ 'ਤੇ ਕਿਸਾਨ ਵੀਰ ਕਰ ਦਿੰਦੇ ਆ, ਬਾਅਦ 'ਚੋਂ ਕਹਿੰਦੇ ਜੀ ਫਸਲ ਵਧੀਆ, ਬਾਅਦ 'ਚੋਂ ਕਰ ਲਾਂਗੇ ਜੇ ਜ਼ਰੂਰਤ ਹੋਈ ਤਾਂ। ਪਰ ਗੋਹ ਦੇ ਸਮੇਂ ਕਿਸਾਨ ਵੀਰੋ ਤੁਸੀਂ ਉੱਲੀ ਨਾਸ਼ਕ ਦੀ ਸਪਰੇ ਜ਼ਰੂਰ ਕਰਨੀ ਹੈ। ਪਹਿਲਾਂ ਨਾ ਕਰੋ ਤੁਹਾਡੀ ਮਰਜ਼ੀ ਹੈ, ਬਾਅਦ 'ਚੋਂ ਨਾ ਕਰੋ ਤੁਹਾਡੀ ਮਰਜ਼ੀ ਹੈ, ਗੋਹ ਦੇ ਸਮੇਂ ਜ਼ਰੂਰ ਕਰੋ, ਇੱਕ ਸਪਰੇ ਕਰ ਦਿਓ ਅਤੇ ਤੁਹਾਨੂੰ ਜਿਹੜੇ ਰਿਜ਼ਲਟ ਮਿਲਣਗੇ ਤੁਹਾਡੀ ਫਸਲ ਜਿਹੜੀ ਹੈਗੀ ਹੈ ਝੰਡਾ ਪੱਤਾ ਰੋਗ ਰਹਿਤ ਰਹੂਗਾ। ਕਿਉਂਕਿ ਜਦੋਂ ਫਸਲ ਗੋਭ 'ਚ ਆਉਂਦੀ ਹੈ ਨਸਾਰਾ ਹੋਣਾ ਸ਼ੁਰੂ ਹੁੰਦਾ, ਝੰਡਾ ਪੱਤਾ ਅਤੇ ਮੁੰਜਰ ਖੁਦ ਅਤੇ ਨਾਲ ਝੰਡੇ ਪੱਤੇ ਅਤੇ ਥੱਲੜਾ ਪੱਤਾ, ਇਹ ਜਿਹੜੇ 50% ਜਿਹੜਾ ਹੈਗਾ ਝਾੜ ਦੇ ਉੱਤੇ ਫਰਕ ਪਾਉਂਦੇ ਆ। ਜੇ ਇਹਨਾਂ ਦੇ ਉੱਤੇ ਰੋਗ ਲੱਗ ਗਿਆ ਜਾਂ ਇਹਨਾਂ ਨੂੰ ਕੋਈ ਘਾਟ ਆ ਗਈ ਤਾਂ ਇਹਦਾ ਜਿਹੜਾ ਹੈਗਾ ਇਫੈਕਟ ਫਸਲ ਦੇ ਝਾੜ ਦੇ ਉੱਤੇ ਪੈਂਦਾ। ਸੋ ਇਹਦੇ ਕਰਕੇ NPK 13-045 ਤੋਂ ਬਿਨਾਂ ਕੋਈ NPK ਤੁਸੀਂ ਸਪਰੇ ਨਹੀਂ ਕਰਨਾ। PAU ਲੁਧਿਆਣਾ ਵੱਲੋਂ ਕੋਈ ਸਿਫਾਰਿਸ਼ ਨਹੀਂ ਹੈ, 13-045 ਦੀ ਸਿਫਾਰਿਸ਼ ਹੈ। ਸੋ ਇਹਦੇ ਕਰਕੇ ਬਿਲਕੁਲ ਗੁੰਮਰਾਹ ਹੋਣ ਦੀ ਲੋੜ ਨਹੀਂ। 13-045 ਕਰੋ ਪਲੱਸ ਬੋਰਾਨ ਕਰੋ ਪਲੱਸ ਉੱਲੀ ਨਾਸ਼ਕ, ਬਹੁਤ ਵਧੀਆ ਉੱਲੀ ਨਾਸ਼ਕ ਕਰੋਗੇ ਗੋਭ ਦੇ ਸਮੇਂ। ਅਤੇ 15 ਦਿਨ ਬਾਅਦ ਉੱਲੀ ਨਾਸ਼ਕ ਭਾਵੇਂ ਟੈਬੂਕੋਨਾਜ਼ੋਲ ਕਰ ਦਿਉ, ਪ੍ਰੋਪੀਕੋਨਾਜ਼ੋਲ ਕਰ ਦਿਉ, ਤੁਹਾਡਾ ਝਾੜ ਦੇਖਣ ਯੋਗ ਹੋਊਗਾ ਅਤੇ ਆਪ ਹੀ ਤੁਸੀਂ ਦੱਸੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿਸਾਨ ਦੋਸਤੋ, ਬਹੁਤ ਬਹੁਤ ਸ਼ੁਕਰੀਆ।